सत श्री अकाल पशु पालक भीरो, मैं तुहाडा अपना डंगरां दा डाक्टर भीरो। अज दा टॉपिक उन्हां वास्ते बहुत ही महत्वपूर्ण है जिन्हां दे घरां दे विच पालतू जानवर रखे हुए। अज आपां गल करांगे भीरो रसोली जां छोटे छोटे दाने जां गठां बन जांदियां ने गल दे उत्ते जां पैरां दे उत्ते जां मूंह दे उत्ते जानवरां दे, उन्हां दे विच पस पीक पै जांदी है। तां उन्हां दे बचाओ वास्ते आपां उन्हां की दे सकदे आ, सिर्फ एक दवाई देनी है वीरो, उहदे नाल ही तुहाडे डंगरां दा जिहड़ी प्रॉब्लम है गठां वगैरह जां दाणे वगैरह जां शरीर दे उत्ते कोई होर भी पदार्थ कहिंदे मतलब पीक वगैरह पै जांदी है, सट लग के जां गठौली बन जांदी है, रसौली बन जांदी है, ਤਾਂ ਹਰਨੀਆਂ ਵਗੈਰਾ ਕਹਿ ਦਿੰਦੇ ਆਪਾਂ, ਜਾਂ ਕੁਛ ਲਾ ਲਓ ਪੰਜਾਬੀ ਭਾਸ਼ਾ ਦੇ ਵਿੱਚ ਤਾਂ ਟੂਮਰ ਵਗੈਰਾ ਵੀ ਕਹਿ ਦਿੰਦੇ ਆਪਾਂ, ਤਾਂ ਉਹਨਾਂ ਦੇ ਇਲਾਜ ਵਾਸਤੇ ਤੁਹਾਨੂੰ ਮੈਂ ਇੱਕ ਦਵਾਈ ਦੱਸ ਰਿਹਾ ਵੀਰੋ, ਜਿਹੜੀ ਕਿ ਤੁਸੀਂ 5-6 ਦਿਨ ਲਗਾਤਾਰ ਦੇਣ ਨਾਲ ਤੁਹਾਡੇ ਡੰਗਰ ਸੈੱਟ ਹੋ ਜਾਣਗੇ। ਇਹ ਦਵਾਈ ਵੱਡੇ ਡੰਗਰਾਂ ਨੂੰ 5 ਗ੍ਰਾਮ ਅਤੇ ਛੋਟੇ ਡੰਗਰਾਂ ਨੂੰ ਉਹਦੀ ਬੋਡੀ ਵੇਟ ਦੇ ਹਿਸਾਬ ਨਾਲ ਮੈਨੂੰ ਪੁੱਛ ਲਿਓ। ਇਹ ਦਵਾਈ ਦੇਣੀ ਕਿਵੇਂ ਹੈ? ਇਹ ਦਵਾਈ ਵੀਰੋ ਰੋਟੀ ਦੇ ਵਿੱਚ ਪਾ ਕੇ ਤੁਸੀਂ ਉਹਨਾਂ ਨੂੰ ਦੇ ਸਕਦੇ ਹੋ, ਦਿਨ ਦੇ ਵਿੱਚ ਇੱਕ ਵਾਰੀ। ਲਗਾਤਾਰ 20 ਦਿਨ ਤੁਸੀਂ ਦੇ ਦੋਗੇ, ਇਹ ਤੁਹਾਡੇ ਡੰਗਰਾਂ ਦੇ ਜਿੰਨੇ ਵੀ ਪ੍ਰੋਬਲਮ ਹੈ ਜਾਂ ਸਕਿਨ ਦੇ ਵਿੱਚ ਜਾਂ ਪੈਰਾਂ ਦੇ ਵਿੱਚ ਜਾਂ ਆਪਣੇ ਮੂੰਹ ਦੇ ਥੱਲੇ ਰਸੋਈਆਂ ਬੜੀਆਂ ਹੁੰਦੀਆਂ ਆਮ ਆਪਾਂ ਦੇਖਦੇ ਹਾਂ, ਕਟਰੂ ਪਸ਼ੂਆਂ ਦੇ ਪੈ ਜਾਂਦੀਆਂ ਨੇ, ਬੱਕਰੀਆਂ ਬੁੱਕਰੀਆਂ ਦੇ ਪੈ ਜਾਂਦੀਆਂ ਨੇ, ਮੱਝਾਂ ਗਾਵਾਂ ਦੇ ਵੱਡੀਆਂ ਦੇ ਪੈ ਜਾਂਦੀਆਂ ਨੇ, ਆਪਾਂ ਕਹਿੰਦੇ ਹਾਂ ਕਿ ਨਹੀਂ ਇਹ ਤਾਂ ਕੋਈ ਹੋਰ ਚੀਜ਼ ਹੈ ਜਾਂ ਆਪਾਂ ਆਪਰੇਸ਼ਨ ਨੂੰ ਭੱਜਦੇ ਹਾਂ, ਮਗਰ ਤੁਸੀਂ ਪਹਿਲਾਂ ਇਹ ਦਵਾਈ ਦੇ ਕੇ ਦੇਖੋ, ਉਸ ਤੋਂ ਬਾਅਦ ਤੁਸੀਂ ਕੁਛ ਮਰਜ਼ੀ ਕਰ ਸਕਦੇ, ਕਿਉਂਕਿ ਇਹ ਦਵਾਈ ਨਾਲ ਤੁਹਾਡਾ ਸਹੀ ਹੋ ਜਾਣਾ। ਇਹ ਦਵਾਈ ਵੀਰੋ ਪੋਟਾਸ਼ੀਅਮ ਆਇਓਡਾਈਨ IP, ਇਹ 20 ਗ੍ਰਾਮ ਦੀ ਪੈਕੇਜ ਆਉਂਦੀ ਹੈ ਵੀਰੋ, 5 ਗ੍ਰਾਮ ਵੱਡੇ ਡੰਗਰ ਦੇ ਡੋਜ਼ ਹੈ ਅਤੇ ਬਾਕੀ ਛੋਟੇ ਡੰਗਰਾਂ ਦੀ ਬੋਡੀ ਵੇਟ ਦੇ ਹਿਸਾਬ ਨਾਲ ਹੈ। ਇਹ ਰੋਟੀ ਵਿੱਚ ਪਾ ਕੇ 5 ਗ੍ਰਾਮ ਤੁਸੀਂ ਲਗਾਤਾਰ 15-20 ਦਿਨ ਦੇ ਸਕਦੇ ਹੋ। ਜਿਹੜੀ ਤੁਹਾਡੇ ਡੰਗਰਾਂ ਦੀ ਰਸੋਲੀ ਵਗੈਰਾ ਜਾਂ ਟੂਮਰ ਵਗੈਰਾ ਕਹਿ ਦਿੰਦੇ ਆਪਾਂ ਜਾਂ ਗੱਠਾਂ ਬਣ ਜਾਂਦੀਆਂ ਨੇ, ਗਰਦਨ ਥੱਲੇ ਲਮਕ ਲੰਘ ਜਾਂਦੀਆਂ ਨੇ, ਤੁਹਾਡੇ ਡੰਗਰਾਂ ਦੇ ਸੈੱਟ ਹੋ ਜਾਣਗੀਆਂ। ਜੇ ਵੀਰੋ ਆਪਣੀ ਵੀਡੀਓ ਚੰਗੇ ਲੱਗਦੇ ਹੁੰਦੇ ਇਹਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਆ ਕਰੋ ਕਿ ਕਿਤੇ ਮੇਰੇ ਗਰੀਬ ਭਾਈ ਜਾਂ ਕਿਸੇ ਡੈਰੀ ਫਾਰਮ ਜਾਂ ਕਿਸੇ ਮੇਰੇ ਪਸ਼ੂ ਕਿੱਤੇ ਭਲਾਈ ਦੇ ਵਿੱਚ ਕੰਮ ਆ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।